ਇਸ ਆਬਾਦੀ ਘੜੀ ਦੇ ਵਿੱਚ ਜਿੱਥੇ ਦੇਸ਼ ਦੀ ਸਰਕਾਰ ਸੂਬੇ ਦੀ ਸਰਕਾਰ ਇਸ ਮਹਾਮਾਰੀ ਨਾਲ ਲੜਨ ਲੱਗੀ ਹੋਈ ਆ ਲੋਕਾਂ ਨੂੰ ਬਚਾਉਣ ਲੱਗੀ ਹੋਈ ਆ ਉੱਥੇ ਸਾਡਾ ਜਿਹੜੇ ਇਹ ਸਿਹਤ ਵਿਭਾਗ ਦੇ ਅਧਿਕਾਰੀ ਨੇ ਫਾਰਮਾਸਿਸਟ ਪੈਰਾਮੈਡੀਕਲ ਸਟਾਫਸ ਨਰਸਿਸ ਡਾਕਟਰਜ਼ ਲਗਾਤਾਰ ਜਿਹੜੇ ਹੈਗੇ ਨੇ ਇਸ ਲੜਾਈ ਨਾਲ ਲੜ ਰਹੇ ਨੇ ਇਹ ਉਸ ਦੁਸ਼ਮਣ ਨਾਲ ਲੜਾਈ ਕਰ ਰਹੇ ਨੇ ਜਿਹੜਾ ਦੁਸ਼ਮਣ ਨਹੀਂ ਦਿਖਦਾ ਹੈਗਾ ਫਿਰ ਵੀ ਉਹ ਜਿਹੜੇ ਕੋਰੋਨਾ ਵਾਇਰਸ ਪੀੜਤ ਨੇ ਉਹਨਾਂ ਦਾ ਇਲਾਜ ਕਰ ਰਹੇ ਨੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਭ ਤੋਂ ਵੱਧ ਵੱਡੀ ਗੱਲ ਆ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਉਣ ਉਸਤੇ ਪੀਪੀ ਕਿੱਟ ਜਿਹੜੀ ਅਸੀਂ ਮੈਂ ਵੀ ਪਾਈ ਹੋਈ ਆ ਪੀਪੀ ਕਿੱਟ ਕਹਿੰਦੇ ਆ ਇਹਨੂੰ ਉਹ ਤੁਸੀਂ ਦੇਖ ਸਕਦੇ ਹੋ ਇਹ ਪੀਪੀ ਕਿੱਟ ਡਾਕਟਰਾਂ ਨੂੰ ਨਰਸਾਂ ਨੂੰ ਪੈਰਾ ਮੈਡੀਕਲ ਸਟਾਫ ਤੇ ਜਿਹੜੇ ਫਾਰਮਾਸਿਸਟ ਨੂੰ ਉਹਨਾਂ ਨੂੰ ਬਚਾਉਣ ਲਈ ਬਣਾਈ ਜਾਂਦੀ ਆ ਤੇ ਇਹ ਉਹ ਇਸ ਦੀ ਇਸ ਨੂੰ ਪਾ ਕੇ ਬਚ ਸਕਦੇ ਨੇ ਜਿਹੜਾ ਇਹ ਵਾਇਰਸ ਤੋਂ ਬਚਾਅ ਹੋ ਸਕਦਾ ਸਭ ਤੋਂ ਵੱਡੀ ਗੱਲ ਹੈ ਇਹ ਕਿੱਟਾਂ ਜਿਹੜੇ ਪੀਪੀ ਕਿੱਟਾਂ ਨੇ ਪੂਰੇ ਦੇਸ਼ ਦੇ ਵਿੱਚ ਇਹਨਾਂ ਦੀ ਬੇਹੱਦ ਲੋੜ ਆ ਜਿਹੜੇ ਪੇਸ਼ੈਂਟ ਨੇ ਜਿਹੜੇ ਡਾਕਟਰ ਨੇ ਗਾਂ ਜਿਹੜੇ ਇਸ ਬਿਮਾਰੀ ਤੋਂ ਪੀੜਤ ਹੋ ਚੁੱਕੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਜਿਹੜੇ ਕਿਸੇ ਆਪਣੇ ਇਹ ਰਿਸ਼ਤੇਦਾਰ ਦਾ ਦੇਖਭਾਲ ਕਰ ਰਹੇ ਨੇ ਉਹਨਾਂ ਨੂੰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਹੈ ਜਦੋਂ ਕਿਸੇ ਦੀ ਇਸ ਭਿਆਨਕ ਬਿਮਾਰੀ ਨਾਲ ਮੌਤ ਹੁੰਦੀ ਆ ਤਾਂ ਉੱਥੇ ਵੀ ਪੀਪੀ ਕਿਟ ਪਾ ਕੇ ਹੀ ਬੰਦੇ ਨੂੰ ਜਾਣ ਦੀ ਲੋੜ ਹੁੰਦੀ ਆ ਆ ਲੁਧਿਆਣੇ ਦੇ ਜੋਗਪਤੀ ਅੱਗੇ ਆਏ ਨੇ ਸਾਹਮਣੇ ਆਏ ਨੇ ਇਹ ਅਸੀਂ ਹੁਣ ਸ਼ਿਵਾ ਟੈਕਸਟ ਪਬ ਦੇ ਵਿੱਚ ਖੜੇ ਆ ਉਹ ਵੀ ਇਸ ਕੰਮ ਦੇ ਵਿੱਚ ਅੱਗੇ ਆਏ ਨੇ ਉਹਨਾਂ ਨੇ ਜਿਹੜਾ ਪੀਪੀ ਕਟ ਬਣਾਉਣ ਦਾ ਇੱਕ ਉਪਰਾਲਾ ਕੀਤਾ ਹੈਗਾ ਅਸੀਂ ਗੱਲ ਕਰਾਂਗੇ ਅੱਜ ਸ਼ਿਵਾ ਟੈਕਸਟਾਈਲ ਦੇ ਵਿੱਚ ਕੀ ਉਦਮ ਹੈਗਾ ਕੀ ਉਹਨਾਂ ਵੱਲੋਂ ਬਣਾਇਆ ਜਾ ਰਿਹਾ ਕੀ ਇਹ ਕਿਸ ਤਰ੍ਹਾਂ ਉਹ ਦੇਸ਼ ਦੀ ਸੇਵਾ ਲਈ ਅੱਗੇ ਆਏ ਨੇ ਹਾਂਜੀ ਸਰ ਸ਼ਿਵਾ ਟੈਕਸਟਾਈਲ ਬੇਸਿਕਲੀ ਕਾ ਸ਼ਿਵਾ ਟੈਕਸਟਾਈਲ ਇੱਕ ਟੈਕਸਟਾਈਲ ਗਰੁੱਪ ਆ ਜਿਹਦੇ ਵਿੱਚ ਕੇ ਕਾਫੀ ਸਾਰੇ ਪ੍ਰੋਡਕਟਸ ਅਸੀਂ ਬਣਾਉਂਦੇ ਆ ਪਹਿਲੇ ਜਿਵੇਂ ਯਾਰ ਨਵਾਂ ਧਾਗਾ ਬਣਦਾਗਾ ਫਾਈਬਰ ਬੰਦਾ ਫੈਬਰਿਕਸ ਬੰਦਾ ਹੋਰ ਵੀ ਜਿਸ ਤਰ੍ਹਾਂ ਨਾਨ ਬੂਨ ਪ੍ਰੋਡਕਟਸ ਬਣਾਉਂਦੇ ਆ ਅਸੀਂ ਲੋਕ ਔਰ ਇਸ ਤੋਂ ਬਾਅਦ ਕੀ ਹੋਇਆ ਕਿ ਦੇਸ਼ ਤੇ ਉੱਪਰ ਇੱਕ ਕਰੋਨਾ ਵਾਇਰਸ ਨਾਮ ਦੀ ਮਹਾਮਾਰੀ ਆਈ ਜਿਹੜਾ ਇਹ ਸੰਕਟ ਸੀ ਇਹ ਸੰਕਟ ਦੀ ਕੜੀ ਦੇ ਵਿੱਚ ਸਾਰੇ ਉਦਯੋਗਪਤੀ ਲੁਧਿਆਣਾ ਦੇ ਵੀ ਇਸੇ ਕੰਮ ਦੇ ਵਿੱਚ ਲੱਗੇ ਹੋਏ ਆ ਸਾਡੀ ਵੀ ਮੈਨੇਜਮੈਂਟ ਨੇ ਇਹ ਸੋਚਿਆ ਕਿ ਅਸੀਂ ਇਸ ਦੁੱਖ ਦੀ ਕੜੀ ਦੇ ਵਿੱਚ ਇਹ ਸੰਕਟ ਦੀ ਕੜੀ ਦੇ ਵਿੱਚ ਅਸੀਂ ਦੇਸ਼ ਦੀ ਸੇਵਾ ਵਾਸਤੇ ਕੁਝ ਕੰਟ੍ਰਿਬਿਊਟ ਕਰੀਏ ਤਾਂ ਮੈਨੇਜਮੈਂਟ ਨੇ ਇੱਕ ਡਿਸੀਜਨ ਕੀਤਾ ਕਿ ਇੱਕ ਟੀਮ ਬਣਾਈ ਆਪਣੀ ਜੋ ਕਿ ਮੈਡੀਕਲ ਕਿਟਸ ਨੂੰ ਬਣਾਉਣ ਵਾਸਤੇ ਮਨਾਉਣ ਵਾਸਤੇ ਅਸੀਂ ਇਹ ਕਿੱਟ ਦੇ ਵਾਸਤੇ ਪੂਰਾ ਮਟੀਰੀਅਲ ਤਿਆਰ ਕੀਤਾ ਉਸ ਮਟੀਰੀਅਲ ਦੀ ਕਿੱਟ ਬਣਾ ਕੇ ਕਿੱਟ ਅਪਰੂਵ ਕਰਵਾਈ ਗਵਰਨਮੈਂਟ ਤੋਂ ਅਪਰੂਵ ਹੋਣ ਤੋਂ ਬਾਅਦ ਲੈਬਾਰਟਰੀ ਚੋਂ ਅਪਰੂਵ ਹੋਣ ਤੋਂ ਬਾਅਦ ਅਸੀਂ ਇਸ ਸਿਸਟਮ ਨੂੰ ਬਣਾ ਕੇ ਰੱਖਿਆ ਜਿਹੜੀ ਅਸੀਂ ਇਹ ਕਿੱਟ ਬਣਾ ਰਹੇ ਹੁਣ ਫਿਲਹਾਲ ਅਸੀਂ ਕੈਟਾਲੇਸੀ ਮਤਲਬ ਕਿ ਹਲੇ ਇਨੀਸ਼ੀਅਲ ਸਟੇਜ ਤੇ ਸਟਾਰਟ ਕੀਤੀਆਂ ਆਉਣ ਵਾਲੇ 5-10 ਦਿਨ ਦੇ ਵਿੱਚ ਸਾਡੀ ਜਿਹੜੀ ਇਹ ਪ੍ਰੋਡਕਸ਼ਨ ਕੈਪੈਸਿਟੀ ਆ ਨੀਅਰ ਅਬਾਊਟ 10000 ਦੇ ਕਰੀਬ ਅਸੀਂ ਪਰ ਡੇ ਦੀ ਕਿੱਟਸ ਤਿਆਰ ਕਰਨ ਦੇ ਯੋਗ ਹੋ ਜਾਾਂਗੇ ਸਾਡਾ ਜਿਹੜਾ ਕਿੱਟ ਬਣਾਉਣ ਦਾ ਮੇਨ ਪਰਪਸ ਆ ਮੇਨ ਏਮ ਆ ਸਾਡਾ ਕੋਈ ਇਸ ਕਿੱਟ ਦੇ ਨਾਲ ਕੋਈ ਪ੍ਰੋਫਿਟ ਸ਼ੇਅਰਿੰਗ ਵਾਲਾ ਮੈਟਰ ਨਹੀਂ ਅਸੀਂ ਜਿਹੜੀ ਇਹ ਕਿੱਟ ਬਣਾ ਰਹੇ ਹਾਂ ਸਿਰਫ ਦੇਸ਼ ਦੀ ਸੇਵਾ ਵਾਸਤੇ ਸਰਕਾਰ ਦੇ ਨਾਲ ਕੰਦੇ ਦੇ ਨਾਲ ਕੰਦਾ ਮਿਲਾ ਕੇ ਅਸੀਂ ਆਪਣੇ ਦੇਸ਼ ਨੂੰ ਬਚਾਉਣਾ ਆਪਣੇ ਮੁਲਕ ਦੇ ਲੋਕਾਂ ਨੂੰ ਬਚਾਉਣਾ ਇਹ ਸਾਡਾ ਮੇਨ ਏਮ ਆ ਜੋ ਵੀ ਮਿਨੀਮਮ ਕੋਸਟ ਹੋਗੀ ਅਸੀਂ ਉਸ ਕਾਸਟ ਦੇ ਉੱਪਰ ਇਹ ਕਿੰਨੂੰ ਸਪਲਾਈ ਕਰਾਂਗੇ ਆਰਡਰ ਦੀ ਕੋਈ ਕਮੀ ਨਹੀਂ ਆਰਡਰ ਇੰਨੇ ਜ਼ਿਆਦਾ ਕਿ ਗਵਰਨਮੈਂਟ ਕੋਲੇ ਰਿਕੁਆਇਰਮੈਂਟ ਬਹੁਤ ਜ਼ਿਆਦਾ ਪ੍ਰਾਈਵੇਟ ਰਿਕੁਆਇਰਮੈਂਟ ਆ ਗਵਰਨਮੈਂਟ ਕੋਲ ਵੀ ਰਿਕੁਆਇਰਮੈਂਟ ਅਸੀ ਉਸਰ ਰਿਕੁਆਇਰਮੈਂਟ ਨੂੰ ਫਿਲ ਅਪ ਕਰਨ ਵਾਸਤੇ ਜਿੰਨਾ ਮੈਕਸਿਮਮ ਯੋਗਦਾਨ ਅਸੀਂ ਆਪਣੇ ਵੱਲੋਂ ਇਸ ਕੰਪਨੀ ਵੱਲੋਂ ਦੇ ਸਕਾਂਗੇ ਉਹ ਅਸੀਂ ਮੈਕਸਿਮਮ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਕੰਮ ਅਸੀਂ ਮਤਲਬ ਸਿਸਟਮ ਦੇ ਤੰਗ ਦੇ ਨਾਲ ਵਧੀਆ ਔਰ ਜਲਦੀ ਤੋਂ ਜਲਦੀ ਦੇਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਇਹ ਚੀਜ਼ ਅਸੀਂ ਪਹਿਲੇ ਇੰਪੋਰਟ ਕਰਦੇ ਸੀ ਬਹੁਤ ਹਾਇਰ ਕੋਸਟ ਦੇ ਉੱਪਰ ਇੰਪੋਰਟ ਕਰਦੇ ਸੀਗੇ ਔਰ ਉਹਦੇ ਚ ਡਿਲੀਵਰੀ ਪੀਰੀਅਡ ਵੀ ਬਹੁਤ ਜ਼ਿਆਦਾ ਹੁੰਦਾ ਸੀ ਹੁਣ ਅਸੀਂ ਕੀ ਕੀਤਾਗਾ ਕਿ ਇੱਕ ਤਾਂ ਇਹ ਕੋਸਟ ਕਟਿੰਗ ਹੋ ਜਣੀ ਹੈ ਕਿ ਅਸੀਂ ਲੋਅਰ ਕੋਸਟ ਦੂਸਰੀ ਕਿਹਦਾ ਡਿਲੀਵਰੀ ਸ਼ਡਿਊਲ ਆ ਜਿਹੜਾ ਉਹ ਇਸ ਤੋਂ ਜਲਦੀ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਗੱਲ ਕਰੀਏ ਕਿਹੜਾ ਇਹਦੇ ਵਿੱਚ ਫੈਬਰਿਕ ਯੂਜ਼ ਹੁੰਦਾ ਹਾਂ ਇਹਦੇ ਵਿੱਚ ਜਿਹੜਾ ਫੈਬਰਿਕ ਯੂਜ਼ ਹੁੰਦਾ ਸਰ ਇਹ ਪੀਪੀ ਫਾਈਬਰ ਹੈ ਜਿਹਦੇ ਚ 50 ਜੀਐਸਐਮ ਦੇ ਫੈਬਰਿਕਸ ਦੀ ਲੇਅਰ ਹੁੰਦੀ ਹੈ ਕਿ 20 ਜੀਐਸਐਮ ਦੀ ਲੈਮੀਨੇਸ਼ਨ ਦੀ ਲੇਅਰ ਹੁੰਦੀ ਹੈਗੀ ਤਾਂ ਕਿ ਇਹਦੇ ਵਿੱਚ ਕੋਈ ਵੀ ਪਾਣੀ ਜਾਂ ਹਵਾ ਦੇ ਵਿੱਚ ਕ੍ਰੋਸ ਨਾ ਕਰ ਸਕੇ ਜਿਸ ਤਰ੍ਹਾਂ ਇਹ ਬਣਾਨੇ ਆਏ ਬਣਾ ਦੇ ਵਿੱਚ ਜਿਸ ਤਰ੍ਹਾਂ ਇਹ ਜਿਪ ਲਗਾਈ ਜਾਂਦੀ ਹੈਗੀ ਜਿਪ ਦੇ ਉੱਪਰ ਇਹ ਵਾਲਕਰੋ ਲਗਾਇਆ ਜਾਂਦਾ ਤਾਂ ਕਿ ਇਹਦੇ ਵਿੱਚ ਬਿਲਕੁਲ ਵੀ ਜਿੱਥੇ ਵੀ ਇਹਦੀ ਸਿਲਾਈ ਕੀਤੀ ਜਾਂਦੀ ਹੈ ਸਿਲਾਈ ਦੇ ਉੱਪਰ ਅਸੀਂ ਕੀ ਕਰਦੇ ਹਾਂ ਟੇਪ ਲਗਾਉਂਦੇ ਹਾਂ ਟੇਪ ਕਿਉਂ ਲਗਾਉਂਦੇ ਹਾਂ ਕਿ ਜਦੋਂ ਸਿਲਾਈ ਕਰਦੇ ਉਸੀਂ ਮਤਲਬ ਕਿ ਮੱਦੇ ਨਜ਼ਰ ਰੱਖਦੇ ਹੋ ਇਹ ਟੇਪ ਸਾਰੀ ਦੇ ਉੱਪਰ ਜਿੱਥਾਂ ਜਾਂ ਪੇ ਸਲਾਈ ਵਾਲੀ ਹੁੰਦੀ ਹੈ ਸਲਾਈ ਵਾਲੀ ਜਗ੍ਹਾ ਦੇ ਉੱਪਰ ਟੇਪਿੰਗ ਕੀਤੀ ਜਾਂਦੀ ਹੈ ਤੇ ਇਹ ਜਿਹੜੀ ਹੈਗੀ ਇਹਦੇ ਕਿੱਟ ਦੇ ਵਿੱਚ ਕੀ ਕੀ ਹੋਊਗਾ ਕੀ ਕੀ ਕਿੱਟ ਦੇ ਵਿੱਚ ਦਿੱਤਾ ਜਾਊਗਾ ਤੇ ਕਦੋਂ ਤੱਕ ਕਿੰਨਾ ਚਿਰ ਤੱਕ ਯੂਜ਼ ਕੀਤੀ ਜਾ ਸਕਦੀ ਹੈ ਇਹਦੇ ਬਾਰੇ ਕੀ ਕਹਾਂ ਜੇ ਸਰ ਜਿਹੜੀ ਇਹ ਕਿੱਟ ਆ ਇਹ ਕਿੱਟ ਦੇ ਵਿੱਚ ਕੀ ਦਿੱਤਾ ਜਾਂਦਾ ਇੱਕ ਤਾਂ ਫੁੱਲ ਮਤਲਬ ਕਿ ਕਵਰੇਜ ਦਿੱਤੀ ਜਾਊਗੀ ਸੂਟ ਦੀ ਪਲੱਸ ਇਹਦੇ ਵਿੱਚ ਕੈਪ ਦਿੱਤੀ ਜਾਊ ਕੈਪ ਦੇ ਨਾਲ ਕੀ ਹੈ ਸ਼ੂਜ਼ ਦਿੱਤੇ ਜਾਣਗੇ ਸ਼ੂਜ਼ ਦੇ ਨਾਲ ਹੀ ਕਿਸੇ ਤੋਂ ਐਕਸਟਰਾ ਗਲਵਸ ਦਿੱਤੇ ਜਾਣਗੇ ਗਲਵਸ ਤੋਂ ਇਲਾਵਾ ਇੱਕ ਗੋਗਲ ਜੀ ਦਿੱਤੇ ਜਾਣਗੇ ਤਾਂ ਕਿ ਪੂਰੇ ਦਾ ਪੂਰਾ ਸਰੀਰ ਕਸਾ ਵਾਇਰਸ ਜਾਂ ਕੋਈ ਵੀ ਚੀਜ਼ ਉਸ ਤੇ ਪਰਸਨ ਦੇ ਉਪਰ ਅਟੈਕ ਨਾ ਕਰ ਸਕੇ ਉਹ ਆਪਣੀ ਸੇਫਟੀ ਦੇ ਵਾਸਤੇ ਇਹਨੂੰ ਪਹਿਨ ਕੇ ਜੋ ਵੀ ਆਪਣੇ ਪੇਸ਼IENTS ਵਗੈਰਾ ਜੋ ਆਪਣੀ ਡਿਊਟੀਆਂ ਉਹਨੂੰ ਪ੍ਰੋਪਰ ਤਰੀਕੇ ਨਾਲ ਨਿਭਾ ਸਕੇ ਜਿਹੜਾ ਇਹਦੀ ਆਰਡਰ ਦੀ ਗੱਲ ਕੀਤੀ ਜਾਵੇ ਪੰਜਾਬ ਚੋਂ ਜਾਂ ਪੂਰੇ ਦੇਸ਼ ਚੋਂ ਇਹਦੇ ਆਰਡਰ ਆ ਰਹੇ ਨੇ ਕਿਸ ਤਰ੍ਹਾਂ ਬੇਸਿਕਲੀ ਸਭ ਫਿਲਹਾਲ ਅਸੀਂ ਕਿ ਫੋਕਸ ਕਰ ਰਹੇ ਹਾਂ ਕਿ ਜਿੰਨੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਫਰਸਟ ਪ੍ਰਾਇੋਰਟੀ ਸਾਡੀ ਆ ਕਿ ਸਾਡੇ ਪੰਜਾਬ ਦੇ ਵਿੱਚ ਅਸੀਂ ਇਸ ਨੂੰ ਫੋਕਸ ਕਰੀਏ ਔਰ ਜਿੰਨੀ ਕਪੈਸਿਟੀ ਸਾਡੀ ਇਨਕਰੀਜ਼ ਹੋਊਗੀ ਸਾਡੇ ਬਣਾਉਣ ਦੀ ਕਪੈਸਿਟੀ ਜ਼ਿਆਦਾ ਬਣ ਗਈ ਤਾਂ ਅਸੀਂ ਹੋ ਸਕਦਾ ਬਾਅਦ ਸੈਂਟਰ ਗਵਰਨਮੈਂਟ ਨੂੰ ਵੀ ਬਿਲਕੁਲ ਜਿਹੜਾ ਇਹਨਾਂ ਨੇ ਦੱਸਿਆ ਹੈਗਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਹੜਾ ਪੰਜਾਬ ਲਈ ਜਿਹੜਾ ਹੈਗਾ ਇਹ ਤਿਆਰ ਕਰਨਗੇ ਪਹਿਲੇ ਪੜਾਉ ਦੇ ਵਿੱਚ ਉਸ ਤੋਂ ਬਾਅਦ ਜਦੋਂ ਜਦੋਂ ਇਹਦੀ ਕੰਪੈਸਟੀ ਇਹ ਵਧਾਉਣਗੇ ਉਸ ਤੋਂ ਬਾਅਦ ਦੇਸ਼ ਦੇ ਵਿੱਚ ਵੀ ਸਪਲਾਈ ਕਰਨ ਦੀ ਕੋਸ਼ਿਸ਼ ਕਰਨਗੇ ਨੋ ਪ੍ਰੋਫਿਟ ਤੇ ਉੱਤੇ ਜਿਹੜਾ ਇਹ ਕੰਮ ਕਰ ਰਹੇ ਨੇ ਸਿਰਫ ਇਸ ਆਫਤ ਦਾ ਦੀ ਕੜੀ ਦੇ ਵਿੱਚ ਦੇਸ਼ ਦੀ ਸੇਵਾ ਦਾ ਇੱਕ ਵੱਡਾ ਉਪਰਾਲਾ ਕੀਤਾ ਸਭ ਤੋਂ ਵੱਡੀ ਗੱਲ ਆ ਜਿਹੜੀ ਇਹ ਪੀਪੀ ਕਿਟ ਮੈਂ ਪਾਈ ਹੋਈ ਆ ਦੇਖੋ ਸਾਡੇ ਡਾਕਟਰ ਨਰਸਿਸ ਉਹਨਾਂ ਤੇ ਕਈ ਤਰ੍ਹਾਂ ਦੇ ਐਲੀਗੇਸ਼ਨ ਜਾਂ ਬਲੇਮਸ ਹੁਣ ਵੀ ਲੱਗ ਰਹੇ ਨੇ ਵੀ ਸਾਡਾ ਟ੍ਰੀਟਮੈਂਟ ਨਹੀਂ ਕੀਤਾ ਜਾ ਰਿਹਾ ਆ ਸਾਡਾ ਅਚੀ ਤਰ੍ਹਾਂ ਤੁਸੀਂ ਇਹ ਮੈਂ ਇੱਥੇ ਦੱਸਣਾ ਚਾਹੁੰਨਾ ਹਲੇ ਤੱਕ ਪਹਿਲਾਂ ਤਾਂ ਇਸ ਜਿਹੜਾ ਵਾਇਰਸ ਆ ਕੋਈ ਵੀ ਹਲੇ ਵੈਕਸੀਨੇਸ਼ਨ ਜਾਂ ਟ੍ਰੀਟਮੈਂਟ ਨਹੀਂ ਹੋਇਆ ਸਿਰਫ ਵੈਂਟੀਲੇਟਰ ਤੇ ਇਹ ਜੇ ਜ਼ਰੂਰਤ ਪੈਂਦੀ ਹੈ ਕੋਈ ਸੀਰੀਅਸ ਪੇਸ਼ੈਂਟ ਆ ਉਥਾ ਉਹਦਾ ਇਲਾਜ ਕਰਦੇ ਤੁਸੀਂ ਦੇਖੋ ਇਹ ਕਿੱਟ ਮੈਂ ਪਾਈ ਹੋਇਆ ਇਸ ਟਾਈਮ ਸਿਰਫ ਮੈਨੂੰ 5 ਤੋਂ 10 ਮਿੰਟ ਹੋਏ ਨੇ ਇਹਨੂੰ ਪਾ ਕੇ ਰੱਖਣਾ ਬੜਾ ਮੁਸ਼ਕਲ ਆ ਦੇਖੋ ਸਾਡੇ ਜਿਹੜੇ ਹੈਲਥ ਦੇ ਜਿਹੜੇ ਕੰਮੇ ਨੇ ਉਹ ਇਸ ਨੂੰ ਕਿੰਨਾ ਕਿੰਨਾ 24 24 ਘੰਟੇ ਕਈ ਵਾਰ ਉਹਨਾਂ ਨੂੰ ਪਾ ਕੇ ਜਿਹੜਾ ਪੇਸ਼ੈਂਟ ਦਾ ਇਲਾਜ ਕਰਨਾ ਪੈ ਰਿਹਾ ਸੋ ਅਸੀਂ ਆਪਣੇ ਜਿਹੜਾ ਪ੍ਰਸ਼ਾਸਨਾ ਸਿਹਤ ਵਿਭਾਗ ਆ ਉਹਦੇ ਨਾਲ ਖੜੇ ਹਈਏ ਉਹ ਤਾਂ ਹੌਸਲਾ ਬੁਲੰਦ ਕਰੀਏ ਨਾ ਕਿ ਉਹਨਾਂ ਦੇ ਹੌਸਲੇ ਆ ਪ੍ਰਤੀ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਚੱਕੀਏ ਹੁਣ ਮੈਂ ਕਿੱਟ ਪਾਈ ਹੋਈ ਆ ਮੈਨੂੰ 10 ਮਿੰਟ ਦਾ ਟਾਈਮ ਹੋਇਆ ਇੰਨਾ ਜ਼ਿਆਦਾ ਅੰਦਰ ਦਿੱਕਤ ਮਹਿਸੂਸ ਹੋ ਰਹੀ ਆ ਵੀ ਇਹਨੂੰ ਜ਼ਿਆਦਾਤਰ ਨਹੀਂ ਪਾ ਕੇ ਰੱਖਿਆ ਜਾ ਸਕ ਲੇਕਿਨ ਫਿਰ ਵੀ ਸਾਡਾ ਜਿਹੜਾ ਮੈਡੀਕਲ ਸਟਾਫ ਆ ਆਪਣੇ ਬਚਾਉ ਲਈ ਲਗਾਤਾਰ ਇਹਨੂੰ ਪਾ ਕੇ ਰੱਖਦਾ ਸੋ ਉਹ ਸਾਨੂੰ ਲੋਡ ਆ ਉਹਨਾਂ ਦਾ ਹੌਸਲਾ ਬੁਲ ਅੱਗੇ ਆਈ ਆ ਅੱਗੇ ਆ ਕੇ ਉਹਨਾਂ ਵੱਲੋਂ ਇਸ ਮਹਾਮਾਰੀ ਦੇ ਵਿੱਚ ਲੜਾਈ ਕਰਨ ਲਈ ਸਰਕਾਰ ਦਾ ਸੂਬੇ ਦਾ ਤੇ ਲੋਕਾਂ ਦਾ ਸਾਥ ਦੇ ਸਿਹਤ ਵਿਭਾਗ ਦੇ ਲੋਕਾਂ ਦਾ ਸਾਥ ਦੇਣ ਦਾ ਉਪਰਾਲਾ ਕੀਤਾ ਹੈ ਵੱਡਾ ਉਪਰਾਲਾ ਹੈਗਾ ਆ ਜਿਹੜਾ ਸ਼ਿਵਾ ਟੈਕਸ ਫੈਬ ਅਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਜੋਗ ਅੱਗੇ ਆਏ ਨੇ ਵੱਡਾ ਉਪਰਾਲਾ ਆਏਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਨਵੀਆਂ ਜਾਣਕਾਰੀਆਂ ਲੈ ਕੇ ਅਸੀਂ ਫਿਰ ਦੁਬਾਰਾ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਤਵਾਦ ਸਤ ਸ਼੍ਰੀ ਅਕਾਲ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ IELTS ਵਿੱਚ ਓਵਰਆਲ ਤਾਂ 6 ਆ ਗਈ ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ ਤੇ ਆਜੀ ਪੈਰਾਮੀਡੀ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ